ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਇਹ ਜੋ ਵੀਡੀਓ ਤੁਸੀਂ ਆਪਣੀ ਸਕਰੀਨ ਤੇ ਦੇਖਣ ਜਾ ਰਹੇ ਹੋ ਉਹ ਤੁਹਾਡੇ ਹੋਸ਼ ਉਡਾ ਕੇ ਰੱਖ ਦੇਵੇਗੀ। ਬਿਰਧ ਤੇ ਅਨਾਥ ਆਸ਼ਰਮ ਚਲਾਉਣ ਦੀ ਆੜ ਹੇਠਾਂ ਆਸ਼ਰਮ ਦਾ ਬਾਬਾ ਕੀ ਕਰਤੂਤਾ ਕਰ ਰਿਹਾ ਹੈ ਉਹ ਤੁਸੀਂ ਆਪਣੀਆਂ ਅੱਖਾਂ ਨਾਲ ਖੁਦ ਹੀ ਦੇਖ ਲਓ, ਜੋ ਆਸ਼ਰਮ ਦੇ ਦਫ਼ਤਰ ਵਿੱਚ ਲੱਗੇ CCTV ਵਿੱਚ ਕੈਦ ਹੋਈਆਂ ਨੇ। ਦੇਖਿਆ ਤੁਸੀਂ, ਆਪ ਹੀ ਲਗਵਾਏ ਕੈਮਰੇ ਵਿੱਚ ਬਾਬਾ ਆਪ ਹੀ ਕੈਦ ਹੋ ਗਿਆ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪਿੰਡ ਸਾਨੀ ਦੇ ਲੋਕਾਂ ਨੇ ਇੱਕ ਮੀਟਿੰਗ ਕੀਤੀ, ਜਿਸ ਵਿੱਚ ਲੋਕਾਂ ਨੇ ਬਾਬੇ ਤੇ ਬਹੁਤ ਹੀ ਗੰਭੀਰ ਇਲਜ਼ਾਮ ਲਗਾਏ। ਗੁਰਦਿਆਲ ਸਿੰਘ ਦਾ ਹੈਗਾ, ਇਹ ਆਸ਼ਰਮ ਚਲਾਉਂਦਾ, ਇਹ ਲੜਕੀਆਂ ਨਾਲ ਨਜਾਇਜ਼ ਹਰਕਤਾਂ ਕਰਦਾ ਸਰ। ਇਲਾਕੇ ਵਿੱਚ ਇਸ ਗੱਲ ਦੀ ਆਮ ਚਰਚਾ ਸੀ, ਇਸ ਇਲਾਕੇ ਦੇ ਦੁਖੀ ਹੋ ਕੇ ਅੱਜ ਇਹਦੀ ਮੀਟਿੰਗ ਕੀਤੀ ਆ ਅਤੇ ਇਹਦੀ ਜਿਹੜੀ ਵੀਡੀਓ ਕਲਿੱਪ ਵੀ ਬਣਾਈ ਆ, ਜੋ ਆਮ ਸੰਗਤ ਨੂੰ ਸਾਰੇ ਦਿਖਾਈ ਗਈ ਹੈ। ਇੱਥੇ ਵਿੱਚ ਸੰਗਤ ਨੇ ਫੈਸਲਾ ਕੀਤਾ ਬਾਬੇ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ, ਠੀਕ ਨਹੀਂ ਸਰ? ਇੱਥੇ ਕਿੰਨੇ ਆ ਔਰਤਾਂ ਆ ਇੱਥੇ ਇਸ ਵੇਲੇ? ਇੱਥੇ 150 ਦੇ ਕਰੀਬ ਬੰਦਾ ਹੈ ਇਸ ਵੇਲੇ ਪ੍ਰੈਜੈਂਟ ਹੈਗਾ। ਤੇ ਬਾਬਾ ਕਿੰਨੇ ਚਿਰ ਤੋਂ ਇਦਾਂ ਦੀਆਂ ਹਰਕਤਾਂ ਕਰ ਰਿਹਾ ਇਹਨਾਂ ਨਾਲ? ਬਾਬਾ ਦਾ ਜਦੋਂ ਪਤਾ 14 ਦਾ ਆਸ਼ਰਮ ਸ਼ੁਰੂ ਹੋਇਆ ਤਕਰੀਬਨ, ਉਦੋਂ ਪਹਿਲਾਂ ਤਾਂ ਥੋੜੇ ਬੰਦੇ ਘੱਟ ਸੀ, ਹੁਣ ਤਾਂ ਆਪਣੇ 5-4 ਸਾਲਾਂ ਤੋਂ ਕਾਫੀ ਰਸ਼ ਇੱਥੇ ਪੈ ਗਿਆ ਹੈਗਾ। ਉੱਧਰ ਵੀ ਆਪਣੇ ਮਿਰਕ ਵੀ ਆਸ਼ਰਮ ਹੈਗਾ, ਉੱਥੇ ਵੀ ਹਰਕਤਾਂ ਕਰਦਾ, ਇਹ ਕਮੇਟੀ ਉੱਥੋਂ ਆਈ ਹੈ ਜੀ ਸਰ। ਤੇ ਤੁਹਾਡੀ ਕੀ ਮੰਗ ਹੈ ਜੀ ਹੁਣ? ਹਾਂਜੀ, ਤੁਹਾਡੀ ਕੀ ਮੰਗ ਹੈ? ਬਾਈ ਇੱਥੇ ਮਤਲਬ ਬਕਾਇਦਾ ਰੇਪ ਦਾ ਪਰਚਾ ਕੀਤਾ ਜਾਵੇ ਦਰਜ ਸਾਰੇ ਸਾਹਿਬ ਨਾਲ, ਠੀਕ ਨਹੀਂ, ਅਤੇ ਇਹਦੀ ਗ੍ਰਿਫਤਾਰ ਕੀਤੀ ਜਾਵੇ, ਛੇਤੀ ਛੇਤੀ ਨੂੰ ਆਸ਼ਰਮ ਨੂੰ ਭਜਾਇਆ ਜਾਵੇ ਕਰਕੇ, ਠੀਕ ਨਹੀਂ, ਅਤੇ ਆਸ਼ਰਮ ਜਿਹੜੇ ਸਰਕਾਰ ਆਪਣੇ ਅੰਡਰ ਲਵੇ। ਇਸ ਸੰਬੰਧੀ ਪੁਲਿਸ ਬਾਰੇ ਆਪਣੇ DSP ਹਲਕਾ ਨੂੰ ਰਿਪੋਰਟ ਦਿੱਤੀ ਸੀ, ਉਹਨਾਂ ਨੇ ਕਿਹਾ ਤੁਸੀਂ ਲੋਕਲ 'ਚ ਫੈਸਲਾ ਤੁਹਾਡਾ ਹੁੰਦਾ ਤਾਂ ਕਰਾ ਲਓ, ਠੀਕ ਨਹੀਂ, ਅਤੇ ਉਸ ਸੰਬੰਧ 'ਚ ਅੱਜ ਅਸੀਂ ਮੀਟਿੰਗ ਸੱਦੀ ਸੀ ਇਲਾਕੇ ਦੀ ਬੰਦਿਆਂ ਦੀ। DSP ਨੂੰ ਕਿੰਨੇ ਦਿਨ ਹੋ ਗਏ ਜੀ ਤੁਸੀਂ ਦਿੱਤੇ? 3 ਦਿਨ ਹੋ ਗਿਆ DSP ਹਲਕਾ ਨੂੰ, ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਜੀ। ਉਹ ਕਹਿੰਦੇ ਸੀ ਆਪਣਾ ਫੈਸਲਾ ਕਰੋ, ਲੋਕਲ ਤੁਸੀਂ ਇਹਦਾ ਹੁੰਦਾ ਠੀਕ ਆ, ਨਹੀਂ ਤਾਂ ਫਿਰ ਅਸੀਂ ਆਪਣੀ ਕਾਰਵਾਈ ਲੋਕਲ ਕਮੇਟੀ ਨਾ ਹੋਣ ਕਰਕੇ, ਮਤਲਬ ਇੰਨੇ ਸਿਰ ਪਹਿਲਾਂ ਸਟੈਪ ਨਹੀਂ ਚੱਕ ਸਕਿਆ, ਹੁਣ ਅਸੀਂ ਅੱਜ ਲੋਕਲ ਕਮੇਟੀ ਤਿਆਰ ਕੀਤੀ ਹੈ ਸਰ ਸਾਹਿਬ ਨੂੰ ਬਣਾਉਣ, ਜਿਹੜੇ ਅਗਲਾ ਜੀ ਤਾਂ ਐਕਸ਼ਨ ਕਰੂਗੀ ਸਰ ਸਾਹਿਬ ਨਾਲ। ਸਰ ਇਹ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਉਹ ਕਲਿੱਪ ਕਿਹੜੇ ਆਸ਼ਰਮ ਦਾ ਹੈ ਜੀ? ਬਿਰਕਾ ਆਸ਼ਰਮ ਦੀ ਹੈ। ਇਹ ਬਾਬਾ ਜੀ ਬਿਰਕਾ ਵੀ ਰਹਿੰਦੇ ਹੋਏ? ਉੱਥੇ ਦੋ ਨਾਲ ਆਸ਼ਰਮ ਇਹਦਾ ਹੈਗਾ ਉੱਥੇ, ਠੀਕ ਹੈ, ਬਿਰਕਾ ਆਸ਼ਰਮ ਦੀ ਹੈ ਜੀ। ਤੇ ਉਹ ਔਰਤ ਨੇ ਤੁਹਾਨੂੰ ਕੁਝ ਇਹਦੇ ਬਾਰੇ ਦੱਸਿਆ ਜੀ? ਮਨ ਬੁੱਧੀ ਹੈਗੀ ਉਹ ਦੱਸਿਆ ਵੀ ਵਿਜੇ ਦੱਸ ਮਾੜਾ ਆ ਕੇ। ਪਿੰਡ ਸਾਨੀ ਵਿਖੇ ਆਸ਼ਰਮ ਬਣਾਉਣ ਲਈ 1 ਏਕੜ ਜ਼ਮੀਨ ਦਾਨ ਦੇਣ ਵਾਲੇ ਵਿਅਕਤੀ ਤੋਂ ਸੁਣੋ ਬਾਬੇ ਦੀਆਂ ਕਰਤੂਤਾਂ, ਜਿਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਬਾਬੇ ਨੇ ਆਸ਼ਰਮ ਵਿੱਚ ਰਹਿਣ ਵਾਲੀਆਂ ਕੁਝ ਔਰਤਾਂ ਨਾਲ ਬਲਾਤਕਾਰ ਤੱਕ ਕੀਤਾ ਹੈ, ਜਿਸ ਕਰਕੇ 1 ਔਰਤ ਗਰਭਵਤੀ ਵੀ ਹੋ ਗਈ ਸੀ। ਰਣਜੀਤ ਸਿੰਘ ਮੇਰਾ ਨਾਂ ਆ ਜੀ, ਪਿੰਡ ਸਾਡਾ ਸਾਨੀ ਆ। ਅਸੀਂ 1 ਕਿੱਲਾ ਦਾਨ ਕੀਤਾ ਸੀਗਾ ਜੀ ਮਹਾਰਾਜ, ਆਪਣੇ ਬਿਰਧ ਆਸ਼ਰਮ ਵਾਸਤੇ। ਇਹ ਜਦ ਤਾਂ ਬਾਬਾ ਜੀ ਇੱਥੇ ਬੜੇ ਪੁੱਠੇ ਕੰਮ ਕਰਦਾ, ਪਹਿਲਾਂ ਕਟਾਉਂਦਾ ਹੁੰਦਾ ਸੀ ਬੰਦਿਆਂ ਨੂੰ, ਬਹੁਤ ਕਟਾਉਂਦਾ। ਫਿਰ ਉਹ ਬੰਦੇ ਵਿੱਚੋਂ ਕੱਢੇ ਬੰਦੇ ਸੀਗੇ ਉੱਧਰਲੇ ਆਪਣੇ ਡੇਰਾ ਬਾਬਾ ਨਾਨਕ ਵੱਲ ਦੇ, 10-12 ਬੰਦੇ ਸੀ ਉਹ ਇੱਥੋਂ ਕਢਾਏ। ਕਿਉਂਕਿ ਉੱਦਾਂ ਬਾਬਾ ਸਾਨੂੰ ਕਹਿੰਦਾ ਅੰਦਰੋਂ ਬਾਹਰ ਜਾਓ, ਅੰਦਰੋਂ ਬਾਹਰ ਜਾਓ। ਇਹ ਗਲਤ ਕੰਮ ਬੜੇ ਕਰਦਾ ਸੀ। ਪਹਿਲਾਂ ਵੀ ਇੱਕ ਕੁੜੀ ਨੂੰ ਬੱਚਾ ਠਹਿਰ ਗਿਆ ਸੀਗਾ ਇੱਥੇ, ਇੱਕ ਸਾਡੇ ਇੱਥੇ ਸੰਗਤਪੁਰ ਦੀ ਕੁੜੀ ਸੀਗੀ, ਉਹ ਜਿੱਦਾਂ ਪਾਣੀ ਧਾਣੀ ਪਲਾਉਂਦੀ ਸੀ, ਚਾਹ ਚੂਹ ਪਲਾਉਂਦੀ ਸੀ, ਉਹ ਜਾਂ ਚਾਹ ਪਾਣੀ ਲੈ ਕੇ ਜਾਂਦੀ ਸੀ ਤਾਂ ਉਹਦੇ ਫੇਰਦਾ ਸੀ ਇਹ। ਉਹ ਵੀ ਕੁੜੀ ਵਿਚਾਰੀ ਹਟ ਗਈ ਇੱਥੋਂ, ਬਹੁਤ ਗਲਤ ਕੰਮ ਕਰਦਾ ਇਹ। ਸਰ ਜਦੋਂ ਬਾਬਾ ਗਲਤ ਕੰਮ ਕਰਦਾ ਸੀ ਕਿਸੇ ਨਾਲ, ਉਹਦੇ ਨਾਲ ਬਾਅਦ 'ਚ ਫਿਰ ਕੁੱਟਮਾਰ ਵੀ ਕਰਦਾ ਵੀ ਕਿਸੇ ਬਾਹਰ ਦੱਸੇ ਨਾ? ਹਾਂ, ਜਦੋਂ ਇਹ ਬਾਬਾ ਇੰਨਾ ਕਹਿੰਦਾ, ਬੰਦੇ ਸਰ ਡਰਦੇ ਬਹੁਤ ਸੀ, ਜੇ ਕੋਈ ਮਾੜਾ ਮੋਟਾ ਕਰਦਾ ਸ਼ਿਕਾਇਤ ਸਾਨੂੰ ਦੱਸਦੇ, ਉਹਨੂੰ ਕਹਿੰਦਾ ਚੁੱਕ ਆਪਣਾ ਬੇਰੀ ਬੋਸਰਾ ਬਾਹਰ ਹੋ ਜਾ, ਮੈਂ ਨਹੀਂ ਤੈਨੂੰ ਰੱਖਣਾ। ਉਹ ਅਗਲਾ ਇਸ ਕਰਕੇ ਬੇਸਹਾਰਾ ਕਰਕੇ ਉਹ ਡਰਦੇ ਵਿਚਾਰੇ ਬੋਲਦੇ ਹੀ ਨਾ ਸੀਗੇ। ਅਤੇ ਤੁਹਾਡੀ ਕੀ ਮੰਗ ਹੈ ਜੀ ਹੁਣ? ਸਾਡੀ ਤਾਂ ਮੰਗ ਇੱਥੋਂ ਛੱਡ ਕੇ ਲਾਂਭੇ ਹੋ ਜਾਵੇ ਜੀ, ਆਪੇ ਸਾਡੇ ਇੱਥੇ ਆਲੇ ਦੁਆਲੇ ਪਿੰਡ ਚਲਾਉਣਗੇ, ਕਮੇਟੀ ਬਣਾਵਾਂਗੇ ਤਾਂ ਚਲਾਉਣਗੇ। ਆਸ਼ਰਮ ਦੇ ਮੈਨੇਜਰ ਨੇ ਇਸ ਸਾਰੇ ਮਾਮਲੇ ਤੇ ਕੀ ਕਿਹਾ, ਹੁਣ ਜਰਾ ਉਹ ਵੀ ਸੁਣੋ। ਸਰ ਕੀ ਨਾਮ ਆਪਣਾ? ਮੇਰਾ ਨਾਂ ਜੀ ਵਿਜੇ ਕੁਮਾਰ ਜੀ। ਤੇ ਤੁਸੀਂ ਕਿਹੜੇ ਆਸ਼ਰਮ ਦੇ ਵਿੱਚ ਕੰਮ ਕਰਦੇ ਹੋ, ਕੀ ਤੁਸੀਂ ਅਹੁਦਾ ਤੁਹਾਡਾ? ਮੇਰਾ ਸਾਨੀ ਦੇ ਵਿੱਚ ਆ ਜੀ, ਪਿੰਡ ਸਾਨੀ ਦੇ ਵਿੱਚ ਐਜ਼ ਆ ਮੈਨੇਜਰ ਜੀ। ਅਤੇ ਇਹ ਜੋ ਬਾਬੇ ਦਾ ਦੂਜੀ ਵੀਡੀਓ ਵਾਇਰਲ ਹੋ ਰਹੀ ਆ, ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ? ਅਤੇ ਕਿੰਨੇ ਚਿਰ ਤੋਂ ਇੱਦਾਂ ਕਰ ਰਹੇ ਆ ਜੀ? ਦੇਖੋ ਜੀ, ਮੈਂ ਤਾਂ ਉੱਧਰ ਨਹੀਂ ਜਾਂਦਾ, ਜਿਸ ਹਿਸਾਬ ਨਾਲ ਹੁਣ ਆਪਾਂ ਵੀਡੀਓ ਦੇਖੀ ਆ, ਇਹ ਪਤਾ ਨਹੀਂ ਕਿੰਨੇ ਚਿਰ ਤੋਂ ਇਹ ਕੀ ਕਰ ਰਹੇ ਆ।
ਤੇ ਇਹ ਜਿਹੜਾ ਕਲਿੱਪ ਆ ਮਨ ਬੁੱਧੀ ਵਾਲੀ ਜਿਹੜੀ ਔਰਤ ਆ ਜਾਂ ਬੱਚਾ ਕੋਈ ਵੀ ਆ ਤੇ ਉਹ ਦੱਸ ਰਹੇ ਆ ਵੀ ਟੋਫੀਆਂ ਜਾਂ ਹੋਰ ਕਿਸੇ ਦਾ ਲਾਲਚ ਦੇ ਕੇ ਇਸ ਤਰ੍ਹਾਂ ਦੇ ਕੰਮ ਕਰਦੇ ਆ, ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ? ਦੇਖੋ ਇਹਦੇ ਬਾਰੇ ਤਾਂ ਆਪਾਂ ਸਾਰਾ ਵੀਡੀਓ ਦੇਖ ਕੇ ਉਹਦੇ ਵਿੱਚ ਸਾਰਾ ਕੁਛ ਪਤਾ ਲੱਗਦਾ ਜੋ ਵੀਡੀਓ ਦੇ ਵਿੱਚ ਸ਼ੋਅ ਕੀਤਾ ਗਿਆ ਜੀ। ਇਹਦੇ ਬਾਰੇ ਤੁਸੀਂ ਬਾਬਾ ਜੀ ਨੂੰ ਪਹਿਲਾਂ ਪੁੱਛਿਆ ਜਾਂ ਦੱਸਿਆ ਕਿਸੇ ਨੂੰ? ਰਣਜੀਤ ਸਿੰਘ ਜੀ ਮੇਰੇ ਨਾਲ ਗਏ ਸੀਗੇ ਜੀ, ਇਹਨਾਂ ਨੇ ਦੱਸਿਆ ਵੀ ਇੱਦਾਂ ਇੱਦਾਂ ਕਰਕੇ ਤੁਹਾਡੀ ਵੀਡੀਓ ਆ ਕੋਈ ਜੀ, ਉਹ ਕਹਿੰਦੇ ਵੀ ਇਹ ਤਾਂ ਕੰਪਿਊਟਰ ਤੇ ਉਦਾਂ ਵੀ ਬਣ ਸਕਦੀ ਹੈ। ਠੀਕ ਹੈ, ਠੀਕ ਹੈ ਜੀ। ਬਾਅਦ ਵਿੱਚ ਇਹ ਫਿਰ DSP ਸਾਹਿਬ ਕੋਲ ਗਏ ਆ ਜੀ, ਤੇ ਉਹਨਾਂ ਨੇ ਵੀ ਉੱਥੇ ਗੱਲ ਕੀਤੀ ਆ ਜੀ, ਉਹ ਕਹਿੰਦੇ ਆ ਵੀ ਇੱਦਾਂ ਕੰਪਿਊਟਰ ਤੇ ਬਣ ਜਾਂਦੀ ਆ ਵੀਡੀਓ, ਤੇ DSP ਸਾਹਿਬ ਕਹਿੰਦੇ ਵੀ ਮੇਰੇ ਕੋਲ ਹੈਗੇ ਆ ਕਲਿੱਪ, ਤੁਸੀਂ ਦੇਖ ਲਓ। ਉਸ ਤੋਂ ਬਾਅਦ ਫਿਰ ਕਹਿੰਦੇ ਉਹ ਕਹਿੰਦੇ ਵੀ ਜੇ ਕੋਈ ਗੱਲ ਹੈਗੀ ਆ ਵੀ ਤੁਸੀਂ ਆਪਸ ਦੇ ਵਿੱਚ ਜਾ ਕੇ ਫੈਸਲਾ ਕਰ ਲਓ। ਤੇ ਹੁਣ ਬਾਬਾ ਜੀ ਨੂੰ ਇੱਥੇ ਸੱਦਿਆ ਸੀਗਾ ਜੀ? ਹਾਂਜੀ, ਮੀਟਿੰਗ ਸੀ, ਉਹ ਕਹਿੰਦੇ ਬਿਮਾਰ ਹੋ ਗਏ। 3 ਵਜੇ ਦਾ ਟਾਈਮ ਦਿੱਤਾ ਸੀ ਜੀ। ਤੇ ਆਏ ਨਹੀਂ ਇੱਥੇ ਹੁਣ? ਨਹੀਂ, ਹੁਣ ਨਹੀਂ ਆਏ ਜੀ। ਤੇ ਹੁਣ ਤੁਹਾਡੀ ਮੀਟਿੰਗ ਦੇ ਵਿੱਚ ਕੀ ਫੈਸਲਾ ਹੋਇਆ ਜੀ? ਹੁਣ ਦੇਖੋ ਅਸੀਂ ਵੇਟ ਕਰਦੇ ਪਏ ਹਾਂ, ਉਹਨਾਂ ਦੇ ਫੋਨ ਆਇਆ ਸੀਗਾ ਵੀ ਉਹਨਾਂ ਦੇ ਮੈਂਬਰ ਆ ਰਹੇ ਆ। ਠੀਕ ਹੈ, ਉਸ ਤੋਂ ਬਾਅਦ ਜੋ ਫੈਸਲਾ ਹੋਊਗਾ ਤੁਹਾਨੂੰ ਦੱਸਿਆ ਜਾਊਗਾ। ਉਧਰ ਉਕਤ ਮਾਮਲਾ ਗੁਰੈਂ ਦਾ ਹੋਣ ਕਰਕੇ ਫਗਵਾੜਾ ਪੁਲਿਸ ਵੱਲੋਂ ਇਹ ਸਾਰਾ ਮਾਮਲਾ ਗੁਰੈਂ ਪੁਲਿਸ ਨੂੰ ਭੇਜ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਥਾਣਾ ਗੁਰੈਂ ਦੇ SHO ਕੇਵਲ ਸਿੰਘ ਨੇ ਇਸ ਸਾਰੇ ਮਾਮਲੇ ਤੇ ਕਾਰਵਾਈ ਕਰਨ ਦਾ ਆਸ਼ਵਾਸਨ ਦਿੱਤਾ ਹੈ। ਅੱਜ ਇੱਕ ਦਰਖਾਸਤ ਰਣਜੀਤ ਸਿੰਘ ਪੁੱਤਰ ਸਵੰਤ ਸਿੰਘ ਵਾਸੀ ਸਾਨੀ ਵੱਲੋਂ, ਇਸ ਨੇ ਆਪਣਾ ਗੁਰੂ ਨਾਨਕ ਬਿਰਧ ਆਸ਼ਰਮ ਵਿਰਕਾ ਵਿਖੇ ਬਣਾਇਆ, ਜਿਸ ਦੀ ਦੇਖ ਰੇਖ ਬਾਬਾ ਦਿਆਲ ਸਿੰਘ ਕਰ ਰਹੇ ਸਨ। ਇਹਨਾਂ ਨੇ ਇੱਕ ਦਰਖਾਸਤ ਰਾਹੀਂ ਦੱਸਿਆ ਕਿ ਜਿਹੜਾ ਬਾਬਾ ਗੁਰਦਿਆਲ ਸਿੰਘ ਮਨਬੁੱਧੀ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਦਾ ਵੀਡੀਓ ਵਿੱਚ ਦਿਖਾਈ ਦਿੰਦਾ, ਜਿਸ ਦੇ ਖਿਲਾਫ਼ ਕਾਰਵਾਈ ਕਰ ਲਈ ਦਿੱਤੀ ਹੈ, ਜਿਸ 'ਤੇ ਪੂਰੀ ਇਨਕੁਆਇਰੀ ਕਰਕੇ ਇਹਦੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਲੋਕਾਂ ਮੁਤਾਬਕ ਉਹਨਾਂ ਪੁਲਿਸ ਨੂੰ ਕਈ ਦਿਨਾਂ ਤੋਂ ਇਸ ਸੰਬੰਧੀ ਸ਼ਿਕਾਇਤ ਦਿੱਤੀ ਹੋਈ ਹੈ, ਪਰ ਪੁਲਿਸ ਅਧਿਕਾਰੀ ਇਸ ਨੂੰ ਪਿੰਡ ਪੱਧਰ 'ਤੇ ਹੀ ਨਜਿੱਠਣ ਲਈ ਕਹਿ ਰਹੇ ਨੇ। ਸਵਾਲ ਇਹ ਹੈ ਕਿ ਲੋਕਾਂ ਵੱਲੋਂ ਇੰਨੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਅਤੇ ਪੁਲਿਸ ਇਸ ਨੂੰ ਪਿੰਡ ਪੱਧਰ 'ਤੇ ਨਜਿੱਠਣ ਲਈ ਆਖਿਰ ਕਿਉਂ ਕਹਿ ਰਹੀ ਹੈ? ਕੀ ਪੁਲਿਸ ਨੂੰ ਖੁਦ ਇਸ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਨਹੀਂ ਲਿਆਉਣੀ ਚਾਹੀਦੀ? ਆਸ਼ਰਮ ਦੇ ਸੰਚਾਲਕ ਨਾਲ ਉਹਨਾਂ ਦਾ ਪੱਖ ਜਾਣਨ ਲਈ ਸੰਪਰਕ ਕਰਨ ਲਈ ਫੋਨ ਕੀਤਾ ਗਿਆ ਤਾਂ ਬਾਬੇ ਦਾ ਫੋਨ ਆਊਟ ਆਫ ਕਵਰੇਜ ਆ ਰਿਹਾ ਹੈ, ਜਦਕਿ ਪੁਲਿਸ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੇ ਜਾਣ ਦੀ ਵੀ ਗੱਲ ਕਹਿ ਰਹੀ ਹੈ। ਲੋਕਾਂ ਦੀ ਮੰਗ ਹੈ ਕਿ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਅਜਿਹੀਆਂ ਹਰਕਤਾਂ ਕਰਨ ਵਾਲੇ ਬਾਬੇ ਖਿਲਾਫ਼ ਠੋਸ ਕਾਰਵਾਈ ਕੀਤੀ ਜਾਵੇ ਅਤੇ ਬਾਬੇ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਫਗਵਾੜਾ ਤੋਂ ਰਜਿੰਦਰ ਨਰੂੜ ਦੀ ਰਿਪੋਰਟ। ਨਵੀਆਂ ਅਤੇ ਤਾਜ਼ਾ ਤਰੀਨ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ YouTube ਚੈਨਲ ਲਾਈਕ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।